ਸ਼੍ਰੀ ਅੰਮ੍ਰਿਤਸਰ ਸਾਹਿਬ ਇਲਾਕੇ ਵਿੱਚ ਕਾਂਗਰਸੀ ਆਗੂਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਨਵਨਿਯੁਕਤ ਆਗੂਆਂ ਅਤੇ ਉਹਨਾਂ ਦੇ ਸਹਿਯੋਗੀਆਂ ਨੇ ਲੱਡੂ ਵੰਡ ਕੇ ਖੁਸ਼ੀਆਂ ਮਨਾਈਆਂ। ਸ਼੍ਰੀ ਅੰਮ੍ਰਿਤਸਰ ਸਾਹਿਬ ਇਲਾਕੇ ਵਿੱਚ ਕਾਂਗਰਸੀ ਆਗੂਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਦੇ OSD ਵੱਲੋਂ ਇਲਾਕੇ ਦੇ ਕਾਂਗਰਸੀਆਂ ਨੂੰ ਵਿਧਾਨ ਸਭਾ ਹਲਕਾ ਰਾਜਾ ਸਾਂਸੀ ਤੋਂ ਚੇਅਰਮੈਨ, ਸ਼੍ਰੀ ਅੰਮ੍ਰਿਤਸਰ ਸਾਹਿਬ ਦਿਹਾਤੀ ਤੋਂ ਮੀਤ ਪ੍ਰਧਾਨ ਅਤੇ ਹੋਰ ਨਿਯੁਕਤੀਆਂ ਪੱਤਰ ਵੰਡੇ ਗਏ। ਇਸ ਮੌਕੇ ਚੇਅਰਮੈਨ, ਮੀਤ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਅਤੇ ਉਹਨਾਂ ਦੇ ਸਾਥੀਆਂ ਨੇ ਖੁਸ਼ੀ ਵਿੱਚ ਲੱਡੂ ਵੰਡੇ। ਸੀਨੀਅਰ ਕਾਂਗਰਸੀ ਆਗੂ ਹਰਭੇਰ ਸਿੰਘ ਵਣੀਕੇ ਨੇ ਦੱਸਿਆ ਕਿ ਜਿਨ੍ਹਾਂ ਆਗੂਆਂ ਨੂੰ ਅਹੁਦੇ ਦਿੱਤੇ ਗਏ ਹਨ ਉਹ ਕਾਂਗਰਸ ਹਾਈ ਕਮਾਂਡ ਦੀਆਂ ਦਿੱਤੀਆਂ ਹਦਾਇਤਾਂ ਮੁਤਾਬਕ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਲੋਕ ਸਭਾ ਲਈ ਤਨਦੇਹੀ ਨਾਲ ਕੰਮ ਕਰਨ। ਅੱਜ ਸਰਕਾਰੀਆ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਂ, ਜਿਹੜੇ ਸਾਡੇ ਜਰਨੈਲ ਆ ਸਾਡੇ ਹਲਕੇ ਦੇ, ਜਿਨ੍ਹਾਂ ਨੇ ਮੈਨੂੰ ਇਹ ਚੇਅਰਮੈਨੀ ਦਾ ਪਦ ਬਖਸ਼ ਕੇ ਬਲਾਕ ਚੰਗਾਵਾਂ ਦੀ ਸੇਵਾ ਬਖਸ਼ੀ ਹੈ। ਪਾਰਟੀ ਦੀ ਵਿਕਾਸ ਕਰਨ ਵਾਸਤੇ ਮੈਂ ਸਰਕਾਰੀਆ ਸਾਹਿਬ ਦਾ, ਆਪਣੇ ਸਮਿਤੀ ਮੈਂਬਰਾਂ ਦਾ ਅਤੇ OSD ਬੂਆ ਸਿੰਘ ਸੰਧੂ, ਕੱਕੜ ਸਾਹਿਬ ਸਾਡੇ ਪ੍ਰਧਾਨ ਦਿਹਾਤੀ ਦੇ, ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ, ਜਿਨ੍ਹਾਂ ਨੇ ਸਾਰਿਆਂ ਨੇ ਰਲ ਮਿਲ ਕੇ ਇਹ ਚੋਣ ਕਰਕੇ, ਸਰਦਾਰ ਨਰਵੈਰ ਸਿੰਘ, ਹੋਰ ਸਾਰੇ ਮੇਰੇ ਵੀਰਾਂ ਨੇ ਇਹ ਮੈਨੂੰ ਮਾਣ ਬਖਸ਼ਿਆ ਜਿਹੜਾ, ਅਤੇ ਮੈਂ ਅਤੀ ਦਿਲੋਂ ਧੰਨਵਾਦ ਕਰਦਾ ਹਾਂ ਸਾਰਿਆਂ ਵੀਰਾਂ ਦਾ। ਅਸੀਂ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਸੁਖਵਿੰਦਰ ਸਿੰਘ ਜੀ ਸਰਕਾਰੀਆ ਕੈਬਨਿਟ ਮੰਤਰੀ ਪੰਜਾਬ, ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਬਲਾਕ ਸੰਮਤੀ ਚਗਾਵਾਂ ਦੇ ਚੇਅਰਮੈਨੀ ਦਾ ਪਦ ਸਾਡੇ ਕਾਂਗਰਸੀ ਵਰਕਰ ਸਰਦਾਰ ਗੁਰਭੇਜ ਸਿੰਘ ਜੀ ਵਣੀਕੇ ਉਹਨਾਂ ਨੂੰ ਸੌਂਪਿਆ ਔਰ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਆ, ਔਰ ਬੜੀ ਤਨਦੇਹੀ ਦੇ ਨਾਲ ਇਹ ਜ਼ਿੰਮੇਵਾਰੀ ਨਿਭਾਉਣਗੇ ਸਾਨੂੰ ਆਸ ਹੈ। ਔਰ ਅਸੀਂ ਧੰਨਵਾਦ ਕਰਦੇ ਹਾਂ ਹਾਈਕਮਾਂਡ ਦਾ ਜਿਨ੍ਹਾਂ ਨੇ ਇੱਕ ਗਰੋਸ ਰੂਟ ਲੈਵਲ ਨਾਲ ਜੁੜੇ ਹੋਏ ਇੱਕ ਵਰਕਰ ਨੂੰ ਇਹ ਚੇਅਰਮੈਨੀ ਦਾ ਪਦ ਬਖਸ਼ਿਆ ਹੈ। ਅਸੀਂ ਧੰਨਵਾਦ ਕਰਦੇ ਹਾਂ ਸਰਕਾਰੀਆ ਸਾਹਿਬ ਦਾ, ਸਮੁੱਚੇ ਇਲਾਕੇ ਦੀ ਸੰਗਤ ਦਾ, ਪੰਚਾਂ ਸਰਪੰਚਾਂ ਦਾ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸੋਨੂੰ ਨਰੂਲਾ ਦੀ ਰਿਪੋਰਟ।